ਡੇਰਾ ਖਾਲਸ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ। ਹੈਡਲਾਈਨਸ ਦੇ ਨਾਲ ਮੈਂ ਪ੍ਰੀਤ ਕੌਰ। ਰੇਲਵੇ ਵਿਭਾਗ ਨੇ ਪੰਜਾਬ 'ਚ ਮਾਲ ਗੱਡੀਆਂ ਚਲਾਉਣ ਤੇ ਲਾਈ ਰੋਕ, 4 ਦਿਨ ਹੋਰ ਵਧਾਈ। ਡਿਵੀਜ਼ਨਲ ਰੇਲ ਮੈਨੇਜਰ ਰਾਜੇਸ਼ ਅਗਰਵਾਲ ਨੇ ਦਿੱਤਾ ਬਿਆਨ, ਕਿਹਾ ਹਾਲਾਤਾਂ ਦੇ ਮੱਦੇਨਜ਼ਰ ਮਾਲ ਗੱਡੀਆਂ ਜਾਂ ਰੇਲ ਗੱਡੀਆਂ ਚਲਾਉਣੀਆਂ ਸੰਭਵ ਨਹੀਂ ਨੇ। ਰੇਲਾਂ ਰੋਕਣ ਤੋਂ ਬਾਅਦ ਦਿੱਲੀ ਵਿੱਚ ਦੇਸ਼ ਭਰ ਦੀਆਂ 250 ਕਿਸਾਨ ਜਥੇਬੰਦੀਆਂ ਦੀ 2 ਦਿਨਾਂ ਬੈਠਕ ਜਾਰੀ। ਅੱਜ ਸ਼ਾਮ ਤੱਕ ਕਰ ਸਕਦੇ ਨੇ ਕੋਈ ਵੱਡਾ ਐਲਾਨ। 29 ਨਵੰਬਰ ਨੂੰ ਦਿੱਲੀ ਵਿੱਚ ਵੱਡਾ ਇਕੱਠ ਕਰਨ ਦੀਆਂ ਤਿਆਰੀਆਂ 'ਤੇ ਵੀ ਚਰਚਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਗੱਡੀਆਂ ਦੀ ਬਹਾਲੀ ਲਈ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦਾ ਮੰਗਿਆ ਨਿੱਜੀ ਦਖਲ। ਕਿਹਾ ਰੇਲਵੇ ਵੱਲੋਂ ਪੰਜਾਬ 'ਚ ਮਾਲ ਗੱਡੀਆਂ ਨੂੰ ਨਾ ਚਲਾਉਣ ਦਾ ਫੈਸਲਾ ਕਿਸਾਨਾਂ ਦੇ ਸੰਘਰਸ਼ ਨੂੰ ਕਰ ਸਕਦਾ ਹੈ ਹੋਰ ਉਤੇਜਕ। ਕੇਂਦਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕਰ ਰਹੀ ਹੈ ਕੋਸ਼ਿਸ਼। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤਾ ਬਿਆਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕੇਂਦਰ 'ਤੇ ਸਾਧਿਆ ਨਿਸ਼ਾਨਾ। ਕਿਹਾ ਕੇਂਦਰ ਕਿਸਾਨਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸੁਲਝਾਉਣ ਦੀ ਬਜਾਏ ਟਕਰਾਅ ਵੱਲ ਵੱਧ ਰਿਹਾ ਹੈ। ਕੇਂਦਰ ਨੇ ਪੰਜਾਬ ਲਈ ਰੋਕੀਆਂ ਮਾਲ ਗੱਡੀਆਂ, ਪੰਜਾਬ ਨਾਲ ਬਦਲੇ ਖੋਰੀ 'ਤੇ ਉਤਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ। ਕਿਹਾ ਕੇਂਦਰ ਦੀ ਯਾਤਰੂ ਰੇਲ ਗੱਡੀਆਂ ਚੱਲਣ ਦੇਣ ਦੀ ਸ਼ਰਤ ਬਾਹਾਂ ਮਰੋੜ ਕੇ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਉਣ ਦੀ ਹੈ ਸਾਜ਼ਿਸ਼। ਕੀ ਸ਼ੰਭੂ ਮੋਰਚੇ 'ਚੋਂ ਨਿਕਲੇਗੀ ਨਵੀਂ ਸਿਆਸੀ ਪਾਰਟੀ? ਸ਼ੰਭੂ ਮੋਰਚਾ ਦੀ ਅਗਵਾਈ ਕਰ ਰਹੇ ਅਦਾਕਾਰ ਅਤੇ ਵਕੀਲ ਦੀਪ ਸਿੱਧੂ ਨੇ ਦਿੱਤਾ ਬਿਆਨ। ਕਿਹਾ ਪੰਜਾਬ ਦਿੱਲੀ ਦੀ ਈਨ ਨਹੀਂ ਮੰਨੇਗਾ, ਇੱਕ ਲੰਮੇ ਸੰਘਰਸ਼ ਦਾ ਰੂਪ ਧਾਰੇਗੀ ਸਾਡੀ ਲੜਾਈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ੰਭੂ ਮੋਰਚੇ ਦੇ ਸੰਚਾਲਕਾਂ ਵੱਲੋਂ ਸੂਬੇ ਦੇ ਹਿੱਤਾਂ ਦੀ ਰਾਖੀ ਵਾਸਤੇ ਸ਼ੁਰੂ ਕੀਤੀ ਮੁਹਿੰਮ ਦਾ ਕੀਤਾ ਸਵਾਗਤ। ਪੰਜਾਬ ਪੱਖੀ ਸਿਆਸੀ ਆਗੂਆਂ ਅਤੇ ਵੱਖ ਵੱਖ ਖੇਤਰ ਦੇ ਬੁੱਧੀਜੀਵੀਆਂ ਨੂੰ ਇੱਕ ਮੰਚ ਉੱਪਰ ਇਕੱਠੇ ਕਰਨ ਲਈ ਸ਼ੁਰੂ ਕੀਤੀ ਗਈ ਹੈ ਮੁਹਿੰਮ। ਮੌਸਮ 'ਚ ਖਰਾਬੀ ਅਤੇ ਠੰਡ ਵਧਣ ਕਾਰਨ 33ਵੇਂ ਦਿਨ ਦੇਵੀਦਾਸਪੁਰਾ ਰੇਲ ਟਰੈਕ ਉੱਤੇ ਚੱਲ ਰਹੇ ਪੱਕੇ ਮੋਰਚੇ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਤਬਦੀਲ। ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਲਗਾਇਆ ਧਰਨਾ, ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਨੇ ਕੀਤੀ ਸ਼ਮੂਲੀਅਤ। ਪੰਜਾਬ 'ਚ ਰਾਵਾਂ ਦੀ ਥਾਂ ਮੋਦੀ ਦੇ ਪੁਤਲੇ ਫੂਕਣ 'ਤੇ ਭੜਕੀ ਬੀਜੇਪੀ। ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਨੇ ਰਾਹੁਲ ਗਾਂਧੀ ਨੂੰ ਠਹਿਰਾਇਆ ਜ਼ਿੰਮੇਵਾਰ। ਕਿਹਾ ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ ਪੰਜਾਬ 'ਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਣ ਵਾਲਾ ਹੋਇਆ ਸ਼ਰਮਨਾਕ ਡਰਾਮਾ। ਬੀਜੇਪੀ ਲੀਡਰ ਤਰੁਣ ਚੁੱਗ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਪੁਤਲੇ ਫੂਕਣ ਵਾਲਿਆਂ ਖਿਲਾਫ਼ ਪਰਚਾ ਦਰਜ ਕਰਨ ਦੀ ਕੀਤੀ ਮੰਗ। ਪੰਜਾਬ ਦਾ ਸਾਬਕਾ DGP ਸੁਮੇਧ ਸਿੰਘ ਸੈਣੀ SIT ਅੱਗੇ ਹੋਇਆ ਪੇਸ਼, ਪੁਲਿਸ ਮੁਲਾਜ਼ਮਾਂ 'ਤੇ ਝਾੜਿਆ ਰੋਹਬ। SIT ਨੇ ਕਰੀਬ 3 ਘੰਟਿਆਂ ਤੱਕ ਸੈਣੀ ਨੂੰ ਕੀਤੇ ਸਵਾਲ ਜਵਾਬ। ਜਲਾਲਾਬਾਦ ਦੇ ਰਾਈਸ ਮਿੱਲ ਮਾਲਕਾਂ ਅਤੇ ਬਰਾਮਦਕਾਰਾਂ ਨੇ ਹੜਤਾਲ 'ਤੇ ਜਾਣ ਅਤੇ ਬਾਜ਼ਾਰ ਤੋਂ ਬਾਸਮਤੀ ਦੀ ਖਰੀਦ ਦਾ ਬਾਈਕਾਟ ਕਰਨ ਦਾ ਕੀਤਾ ਫੈਸਲਾ। ਪੰਜਾਬ ਸਰਕਾਰ ਸਿੱਖ ਭਰਾਵਾਂ ਦੀ ਕਰਵਾਉਣਾ ਚਾਹੁੰਦੀ ਸੀ ਲੜਾਈ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਸਿੱਖ ਧਰਨਾਕਾਰੀਆਂ ਵਿਚਾਲੇ ਹੋਈ ਹਿੰਸਕ ਝੜਪ ਬਾਰੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਉੱਤੇ ਲਾਏ ਇਲਜ਼ਾਮ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਧਰਨਾਕਾਰੀਆਂ ਵੱਲੋਂ ਕੀਤੇ ਹਮਲੇ ਸੰਬੰਧੀ ਨਿਖੇਧੀ ਮਤਾ ਕੀਤਾ ਪਾਸ। SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਹੋਈ ਸੀ ਇਕੱਤਰਤਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਸ਼ੋਕ ਮਤਾ ਪੇਸ਼ ਕਰਦਿਆਂ ਦਿੱਤੀ ਗਈ ਸ਼ਰਧਾਂਜਲੀ। ਪੈਟਰੋਲ ਡੀਜ਼ਲ 'ਤੇ 6 ਰੁਪਏ ਤੱਕ ਵੱਧ ਸਕਦੀ ਹੈ ਐਕਸਾਈਜ਼ ਡਿਊਟੀ। ਸਰਕਾਰ ਨੇ ਮਈ ਦੌਰਾਨ ਪੈਟਰੋਲ 'ਤੇ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 13 ਰੁਪਏ ਐਕਸਾਈਜ਼ ਡਿਊਟੀ ਵਧਾਉਣ ਦਾ ਕੀਤਾ ਸੀ ਐਲਾਨ। ਕੇਂਦਰ ਸਰਕਾਰ ਪਰਾਲੀ ਸਾੜਨ ਨੂੰ ਲੈ ਕੇ 2 ਦਿਨਾਂ ਦੇ ਅੰਦਰ ਲਿਆ ਸਕਦੀ ਹੈ ਨਵਾਂ ਕਾਨੂੰਨ। ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਿੱਤੀ ਜਾਣਕਾਰੀ। ਸੁਪਰੀਮ ਕੋਰਟ ਨੇ ਸਾਬਕਾ ਜਸਟਿਸ ਮਦਨ ਲੋਕੂ ਦੀ ਅਗਵਾਈ 'ਚ ਇੱਕ ਕਮੇਟੀ ਦਾ ਕੀਤਾ ਸੀ ਗਠਨ। ਸਿਆਸੀ ਪਾਰਟੀਆਂ ਨੂੰ ਡਿਜੀਟਲ ਪ੍ਰਚਾਰ ਕਰਨ ਦੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ 'ਤੇ ਸੁਪਰੀਮ ਕੋਰਟ ਨੇ ਲਾਈ ਰੋਕ। 3 ਨਵੰਬਰ ਤੋਂ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲਈ ਰੈਲੀਆਂ ਕਰਨ ਦੀ ਥਾਂ ਔਨਲਾਈਨ ਪ੍ਰਚਾਰ ਦੇ ਦਿੱਤੇ ਸੀ ਹੁਕਮ। ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਖਿਲਾਫ਼ ਉੱਤਰਾਖੰਡ ਹਾਈ ਕੋਰਟ ਦੇ ਅਪਮਾਨ ਦੀ ਕਾਰਵਾਈ 'ਤੇ ਸੁਪਰੀਮ ਕੋਰਟ ਨੇ ਲਾਈ ਰੋਕ। ਸਰਕਾਰੀ ਬੰਗਲਿਆਂ ਲਈ ਸਾਬਕਾ ਮੁੱਖ ਮੰਤਰੀਆਂ ਵੱਲੋਂ ਕਥਿਤ ਤੌਰ 'ਤੇ ਕਿਰਾਏ ਦੀ ਅਦਾਇਗੀ ਨਾ ਕਰਨ ਦਾ ਸੀ ਮਾਮਲਾ। ਦਿੱਲੀ ਦੀ ਇੱਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਦਲੀਪ ਰੇ ਨੂੰ ਦਿੱਤੀ 3 ਸਾਲ ਕੈਦ ਦੀ ਸਜ਼ਾ। ਝਾਰਖੰਡ 'ਚ 1999 'ਚ ਕੋਲਾ ਖਾਣਾ ਦੀ ਵੰਡ ਮਾਮਲੇ 'ਚ ਬੇਨਿਯਮੀਆਂ ਦੇ ਲੱਗੇ ਸੀ ਦੋਸ਼। 10 ਲੱਖ ਰੁਪਏ ਦਾ ਲਗਾਇਆ ਜੁਰਮਾਨਾ।
प्रधानमंत्री नरेंद्र मोदी ने फैसला कर लिया कि देश कदों पाकिस्तान ते चीन नाल लड़ेगा। भाजपा के उत्तर प्रदेश के मुखी स्वतंत्र देव सिंह ने दिता विवादित बयान, क्या मोदी जी ने तय किया है संबंधित तरीका तय ने कदों की होना है सब तय है। दिल्ली के हिंदू राव हस्पताल च रेजिडेंट डॉक्टर ने तनखाह ना मिलन के रोस च फूकिया रावण का पुतला। कई दिनों तो तनखाह ना मिलन कारण भुख हड़ताल से बैठे ने। धारा 370 हटाए जाने मगरों भी भाजपा कारकुन श्रीनगर के लाल चौंक च नहीं लहरा सके तिरंगा। कश्मीरी पुलिस ने भाजपा आगू किए गिरफ्तार, शांति भंग करन दे लाए दोष। जम्मू कश्मीर च तीन नेतावान ने छड़ी पीडीपी पार्टी। पार्टी प्रधान महबूबा मुफ्ती के बयान से जताई नाराजगी, कहा महबूबा के बयान ने साडी देशभगती पहुँचाई है ठेस। महबूबा मुफ्ती ने राष्ट्रीय झंडे से दिता से बयान, कहा असी राष्ट्रीय झंडा उदों ही उठावांगे जदों साडे राज दे झंडे नूं वापस लिया जाएगा। लद्दाख च समय तो पहला बर्फबारी ने दिती दस्तक। 15 नवंबर के बाद कारगिल अते द्रास सैक्टर समेत लद्दाख के पहाड़ों च शुरू हुंदी सी बर्फबारी। स्पेन ने कोविड-19 के मामलों में नवे वाधे को रोकने लिए देश भर च कौमी एमरजेंसी का किया ऐलान। रात को 11 बजे तो सवेरे 6 बजे तक लागू किया करफ्यू। फ्रांस के राष्ट्रपति इमैनुअल मैंकरों के बयान कारण अरब देश होए नाराज। मैंकरों ने अपने बयान च कट्टरपंथी इस्लाम की की सी आलोचना। फ्रांस एक अध्यापक के कतल को इस्लामी अतवादी हमला दिता सी करार। अरब देशों ने फ्रांस के समान का बायकाट करना किया शुरू। पाकिस्तान के मौजूदा सियासी हालात लिए फौज मुखी जनरल कमर जावेद बाजवा और ISI प्रमुख लैफ्टिनेंट जनरल फैज हमीद ने जिम्मेवार। पाकिस्तान के सबका प्रधानमंत्री नवाज शरीफ ने लाए दोष। भारत अमरीका मंत्री पद्धर की मीटिंग हिस्सा लैन लिए अमरीका के विदेश मंत्री माइक पोंपियो और रक्षा मंत्री मार्क एस्पर पुजे नवी दिल्ली। भारत अमरीका मंत्री पद्धर की मीटिंग हिस्सा लैन लिए अमरीका के विदेश मंत्री माइक पोंपियो और रक्षा मंत्री मार्क एस्पर पुजे नवी दिल्ली। भारत के रक्षा मंत्री राजनाथ सिंह और विदेश मंत्री एस जयशंकर नवी दिल्ली करेंगे मीटिंग। दुवल्ले रक्षा संबंधा अते सुरक्षा सहयोग अगे वधाउण दे तरीकियां ते हो सकती है चर्चा। हांगकांग दे प्रदर्शनकारियों की रिहाई लई ताइवान च लोगों ने कढ़िया रोस मार्च। हांगकांग दे 12 मुजाहराकारियों नूं चीनी प्रशासन ने अगस्त च कीता सी गिरफ्तार। अफगानिस्तान ने देश दे पूर्वी हिस्से च कार्रवाई दौरान अलकायदा दे मोहरी आगू हुसम अबद अल राउफ नूं मारन दा कीता दावा। काबुल च एक सिक्ख्या सेंटर दे बाहर होए आत्मघाती हमले च 30 लोगों की हो चुकी है मौत। 70 लोग होए जख्मी। इस्लामिक स्टेट ग्रुप ने हमले की ले जिम्मेवारी। हेडलाइंस वेखन वाले सारे दर्शकों का धन्यवाद।